ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਜੀਤ ਸਰਪੰਚ ਨਾਲ ਕੋਲ ਆਪਾਂ ਪਹੁੰਚ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਰਸੀ ਗਾਵਾਂ ਦਿਖਾਉਣੀਆਂ ਤੇ ਚਾਰੇ ਜਿਹੜੀਆਂ ਤੁਹਾਨੂੰ ਸੂਈਆਂ ਦਿਖਾਵਾਂਗੇ ਅੱਜ ਬਾਹਰ ਜਿਹੜਾ ਮੀਂਹ ਕਾਫੀ ਪੈਂਦੇ ਆ ਤੇ ਉਹਦੇ ਕਰਕੇ ਜਿਹੜੀਆਂ ਗਾਵਾਂ ਸਾਰੀਆਂ ਅੱਜ ਅੰਦਰ ਹੀ ਬੰਨੀਆਂ ਤੇ ਪਰ ਫਿਰ ਵੀ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਦਿਖਾਵਾਂਗੇ ਤੈਨੂੰ ਗੱਲਬਾਤ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਜੀ ਕਿਰਪਾ ਜੀ ਮਹਾਰਾਜ ਜੀ ਮੀਂਹ ਦੀਆਂ ਤਾਂ ਚੰਗੇ ਲਹਿਰਾਂ ਪੈਰਾਂ ਹੋਈਆਂ ਪਈਆਂ ਮੀਂਹ ਤਾਂ ਚਲੋ ਚੰਗਾ ਹੀ ਹੈ ਗਰਮੀ ਵੀ ਬੀਤ ਕੇ ਵੀ ਵੀ ਚਾਰ ਦਿਨ ਪਈ ਵਰ ਕੇ ਕਿਤੇ ਬਸ ਕਰ ਗਰਮੀ ਕਾਫੀ ਪਈ ਸੀ ਨਾ ਤੇ ਉਹ ਜ਼ਿਆਦਾ ਇਸ ਤੋਂ ਬਾਅਦ ਹੀ ਡੰਗਰਾਂ ਵਾਲੇ ਵੇਖੋ ਜਿਹੜੇ ਪੱਠੇ ਛਰਤੇ ਜਾ ਰਹੇ ਨੇ ਹਾਂਜੀ ਹਾਂਜੀ ਜਿਹੜਾ ਡੰਗਰ ਨਹੀਂ ਕਰਸਣ ਵਾਲਾ ਉਹ ਵੀ ਕਰਕੇ ਆ ਨਹੀਂ ਹਾਂਜੀ ਹਾਂਜੀ ਪਸ਼ੂਆਂ ਦਾ ਜ਼ਿਆਦਾ ਔਖਾ ਹੋ ਗਿਆ ਬੰਦ ਵੀ ਬੰਦ ਕਰਤਾ ਹਾਰ ਕੇ ਦੁੱਧ ਕਿਲੋ 2 ਕਿਲੋ ਘੱਟ ਚੋਲੋ ਤੇ ਪੰਜ ਦਾ ਡੰਗਰ ਬਿਮਾਰ ਹੋ ਜਾਂਦੇ ਹਾਂਜੀ 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 ਤੇਲ ਤੂਲ ਦਿੱਤਾ ਰਹੇ ਚਲੋ ਪੈਸੀਆਂ ਕੁਛ ਪਈ ਅੱਛਾ ਬੰਦ ਬੰਦ ਕਰਤਾ ਉਸ ਤਰ੍ਹਾਂ ਠੀਕ ਹੈ ਜੀ ਸਾਰੇ ਕਿਰਾਲੇ ਭੈਣ ਭਰਾ ਨੂੰ ਪਤਾ ਹੀ ਹੈ ਗਰਮੀ ਬੜੀ ਪਈ ਹਾਂਜੀ ਹਾਂਜੀ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਰਾਤੀ ਕੱਲ ਦਾ ਹੀ ਮੌਸਮ ਸਹੀ ਹੋਇਆ ਵਾ ਬਿੱਲਾ ਤੇ ਗਰਮੀ ਬਸ ਬਸ ਠੀਕ ਹੈ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਹਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 98778 ਹਾਂਜੀ 82776 ਠੀਕ ਹੈ ਤੇ ਆ ਸਾਰੀਆਂ ਸੂਈਆਂ ਹਾਂਜੀ ਸੂਈਆਂ ਆਪਾਂ ਲਾਉਣੇ ਮਾਲ ਪੀਆ ਸੋਇਆ ਹੀ ਲੈਂਦਾ ਅੱਛਾ ਹਰ ਕੋਣ ਹੁੰਦਾ ਜਾਂਦੇ ਆ ਦੁੱਧ ਚੋਈਏ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਵਾ ਆ ਦੇਖ ਸਕਦੇ ਜੀ ਕਾਫੀ ਦੂਰ ਦੂਰ ਥਾਣੇ ਜਿਹੜਾ ਹੈਗੀ ਠੰਡੀ ਧੀਰੀ ਆ ਜਿਹੜੀ ਬਿਲਕੁਲ ਹੀ ਦੇ ਸਕਦੇ ਚਵਾ ਜਿਹੜਾ ਇਹਦਾ ਦੇ ਸਕਦੇ ਕਾਫੀ ਸਾਫ਼ ਹੈ ਆ ਦੇ ਸਕਦੇ ਜੀ ਠੀਕ ਹੈ ਜੀ ਕਿੰਨਵਾਂ ਸੂਆ ਜੀ ਇਹਦਾ ਇਹ ਦੂਜਾ ਸੂਆ ਸੂਈ ਜੀ ਅੱਛਾ ਦੂਸਰਾ ਸੂਆ ਆ ਪਹਿਲਾਂ ਵੀ ਚੱਲਦੀ ਆ ਪਰ ਦੂਜਾ ਸੂਆ ਸੂਈ ਆ ਅੱਛਾ ਜੀ ਤੇ ਕਿੰਨਾ ਕੁ ਚਿਰ ਹੋਇਆ ਜਿਹਨੂੰ ਸੂਈ ਨਾ ਇਹਨੂੰ ਉਹ ਬੱਚਾ ਦੇਖਣਾ ਹਸਪਤਾਲ ਹੋਇਆ ਜੀ ਅੱਛਾ ਉਹ ਬੱਚਾ ਜਿਹੜਾ ਇਹਦਾ ਹਾਂਜੀ ਅਲੱਗ ਤੋਂ ਇੱਕ ਵਾਰੀ ਦੇਖ ਸਕਦੇ ਜੀ ਹਾਂਜੀ ਕਿੰਨਾ ਦੁੱਧ ਮੌਕੇ ਤੇ ਤਿਆਰ ਜੀ ਇਹਦੇ ਕੋਲ ਇੱਕੋ ਦੁੱਧ ਵੀ ਜੀ 14 15 ਕਿਲੋ ਤਿਆਰ ਹਿਸਾਬ ਨਾਲ ਅੱਛਾ ਤਿਆਰ ਹੈ ਜਿਹੜਾ ਬਿਲਕੁਲ ਚਾਰ ਮਤਲਬ ਕਿਲੋ 2 ਕਿਲੋ ਵਾਟ ਬਾਰ ਕਿਤਾ 13 ਤੇ ਪੱਕਾ ਹੋਊਗਾ ਨਾ ਹੁਣ ਅੱਛਾ 13 ਲੀਟਰ ਦੁੱਧ ਜਿਹੜਾ ਪੱਕਾ ਮੌਕੇ ਤੇ ਕੋਈ ਦੋ ਗਰਮੀ ਪਾ ਪੰਜ ਹੋਏ ਆ ਮਤਲਬ ਆਪੇ ਹੀ ਰਾਇਣੀ ਵੀਡੀਓ ਦੇ ਘੱਟ ਪਾਈ ਆਪਾਂ ਹਾਂਜੀ ਹਾਂਜੀ ਘੱਟ ਹੀ ਨਿਕਲਿਆ ਗਰਮੀ ਕਰਕੇ ਹਾਂਜੀ ਹਾਂਜੀ ਉਹਦਾ ਆਪਣਾ ਮਾਲ ਤੇ ਉਦਾਂ ਹੀ ਰਿਹਾ ਜਾਂਦਾ ਹਾਂਜੀ ਹਾਂਜੀ ਤੇ 15 ਕਿਲੋ ਦੁੱਧ ਪਲਸ ਹੀ ਅੱਛਾ ਤੇ ਜਦੋਂ ਅਸੀਂ ਮਨ ਨੂੰ ਬੰਦ ਕਰਤਾ 2 ਕਿਲੋ ਦਾ ਪੱਕਾ ਜਾ ਅੱਛਾ 13 ਲੀਟਰ ਹੁਣ ਪੱਕਾ ਹੈਗਾ ਵਾ ਯਾਰ ਅੱਜ ਮੀਂਹ ਪੈਣ ਡਿਆ ਅੱਜ ਨੂੰ ਫੀਡ ਲਿਆ ਕੇ 2 ਕਿਲੋ ਪਾ ਲਾਂਗੇ 15 ਕਿਲੋ ਉਸ ਵੇਲੇ ਕਰੂੰਗੇ ਅੱਛਾ ਤੇ 15 ਲੀਟਰ ਚ ਆ ਜਾਊਗੀ ਤੇ ਇਹਦਾ ਕੀ ਮੁੱਲ ਰੱਖਣਾ ਜੀ ਮੁੱਲ ਘਰੋਂ ਬਰਾਬਰ ਆਪਣਾ ਗਿਆ ਜੀ ਕਿੰਨਾ ਇਹ ਆ ਵੀ ਗੰਨਾ ਨਹੀਂ ਜੀ ਅੱਛਾ ਮਾਨ ਨਹੀਂ ਹੈ ਠੀਕ ਹੈ ਜੇ ਇਹਦਾ 36000 ਦੀ 36000 ਦੀ ਦੇ ਦੋਗੇ ਹੋ ਜੂ ਮਾਨ ਤਨ ਵਿੱਚ ਅੱਜ ਕਰਦਾਂਗੇ ਤਾਂ ਕਰਨਾ ਪੈਂਦਾ ਠੀਕ ਹੈ ਜੀ ਲਿਆਓ ਜੀ ਫਿਰ ਖੋਲੋ ਹਾਂ ਤੋਰੀਏ ਥੱਲਿਆਂ ਦੇਖ ਸਕਦੇ ਜੀ ਇੱਕ ਵਾਰੀ ਬਾਕੀ ਜਿਹੜਾ ਮੀਂਹ ਕਾਫੀ ਪੈਣ ਦਿਆ ਠੀਕ ਹੈ ਵੀਰ ਜੀ ਲੈ ਜਾਓ ਜੀ ਹਾਂ ਵੀਰ ਜੀ ਹੁਣ ਜਿਹੜੀ ਦੂਸਰੇ ਨੰਬਰ ਤੇ ਦਿਖਾਈਏ ਕਹਿਣ ਤੇ ਦਿਖਾਈਏ ਇਹ ਆਫਰ ਹੀ ਆ ਅੱਛਾ ਦੁੱਧ ਮੱਝਾਂ ਇੰਨਾ ਵੱਡੀ ਲੱਖ ਦੀ ਮੱਝ ਨਾਲ ਦੁੱਧ ਆ ਅੱਛਾ ਮੁੱਲ ਆਵੇ ਕੱਖ ਵੀ ਨਹੀਂ ਜਿੰਨਾ ਇੱਕ ਮਹੀਨੇ ਜਿੰਨੇ ਮੁੱਲ ਲਾ ਦੇਣਾ ਆਪਾਂ ਅੱਛਾ ਕਿੰਨਾ ਕੁ ਮੁੱਲ ਕਰਨਾ ਹੈ ਚਲੋ ਐਂਡ ਤੇ ਵਿਖਾਵਾਂਗੇ ਫਿਰ ਸੂਈ ਆ ਇਹ ਵੀ ਸੂਈ ਆ ਵਸ਼ੀ ਮਗਰ ਇਹਦੇ ਵਸ਼ੀ ਆ ਤੇ ਚਲੋ ਹੁਣ ਜਿਹੜੀ ਆ ਹੁਣ ਦੂਸਰੇ ਨੰਬਰ ਤੇ ਤੁਹਾਨੂੰ ਜਿਹੜੀ ਆਵਲੀ ਦਿਖਾਉਣੀ ਆ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਵੱਛਾ ਜੀ ਜਿਹੜਾ ਤੇ ਥਾਣਾ ਇਹਦੇ ਵੀ ਇੱਕ ਰੀ ਲੱਗੇ ਤਾਂ ਦੇਖ ਸਕਦੇ ਜੀ ਬੜੀ ਠੰਡੀ ਇਹ ਵੀ ਜਿਹੜੀ ਠੰਡੀ ਧੀਰੀ ਆ ਜਿਹੜੀ ਠੰਡੀਆਂ ਮਾਲ ਲਈ ਦਾ ਠੰਡਾ ਜਿੱਦਾਂ ਮਰਜ਼ੀ ਹੋਵੇ ਆ ਦੇਖ ਸਕਦੇ ਜੀ ਧਾਰ ਜਿਹੜੀ ਇਹਦੇ ਵੀ ਬਿਲਕੁਲ ਸਾਫ਼ ਆ ਠੀਕ ਹੈ ਜੀ ਤੇ ਇਹਦਾ ਕਿੰਨਵਾਂ ਸੂਆ ਜੀ ਦੂਜਾ ਸੂਆ ਸੂਈ ਜੀ ਇਹਦੀ ਦੂਸਰਾ ਸੂਆ ਆ ਤੇ ਇਹਨੂੰ ਕਿੰਨਾ ਕੁ ਚਿਰ ਹੋਇਆ ਜੀ ਸੂਈ ਨੂੰ ਇਹਨੂੰ ਬੱਚਾ ਵੱਧਾ ਹੀ ਅੱਗੇ 10 ਦਿਨ ਹੋ ਗਏ ਇਹਨੂੰ ਵੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਮੁੱਕੇ ਤੇ ਤਿਆਰ ਹੈ ਇਹਦੇ ਕੋਲ ਇਹਦੇ ਕੋਲ ਦੁੱਧ 14 ਕਿਲੋ ਤਿਆਰ ਦੀ 14 ਲੀਟਰ ਤਿਆਰ ਆ ਹਾਂਜੀ ਹਾਂਜੀ
ਕਿੰਨਾ ਦੁੱਧ ਚ ਵਜੂ ਸੋਲਾਂ ਸਤਾਰਾਂ ਕਿਲੋ ਉਹਨਾਂ ਕਿਹਾ ਵੀ ਪਹਿਲੇ ਸਵੇਰੇ ਚ ਆਇਆ ਅੱਛਾ ਇਹ ਰੋਜ਼ ਸਤਾਰਾਂ ਅਠਾਰਾਂ ਕਿਲੋ ਚਵਾਉਂਗੀ ਆਰਾਮ ਨਾਲ ਠੀਕ ਆ ਤੇ ਇਹਦਾ ਕੀ ਮੁੱਲ ਜੀ ਬੰਦੀ ਬੁੰਦੀ ਬੜੀ ਚਾਹੋ ਘੰਟਿਆਂ ਬਾਅਦ ਹੀ ਆਇਆ ਮਹਾਨਾ ਫਿ
ਤੇ ਥੱਲੇ ਬਿਲਕੁਲ ਕੰਪੈਕਟ ਹਵਾ ਨੇ ਦੀ ਹੈ ਜਿਹੜੀ ਆ ਦੇਖ ਸਕਦੇ ਕਾਫੀ ਸਫਾਈ ਜਿਹਾ ਹਵਾ ਨੇ ਇਹਦਾ ਤੇ ਚਵਾ ਵੀ ਇਹਦਾ ਆਪਾਂ ਹੁਣੇ ਤੁਹਾਨੂੰ ਦਿਖਾਤਾ ਹੈ ਬਿਲਕੁਲ ਸਾਫ਼ ਧਾਰ ਆ ਜਿਹੜੀ ਠੀਕ ਹੈ ਵੀਰ ਜੀ ਲੈ ਜਾਓ ਜੀ ਹੁਣ ਇੱਕ ਹੋਰ ਤੁਹਾਨੂੰ ਜਿਹੜੀ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਲਿਆਓ ਇਹਨਾਂ ਵੀ ਇੱਕ ਵਾਰੀ ਬਾਹਰ ਹੀ ਕੱਢ ਲਓ ਫਿਰ ਚੰਗੀ ਤਰ੍ਹਾਂ ਬਾਹਰ ਕੱਢ ਕੇ ਦਿਖਾਈਏ ਇਹ ਵੀ ਜਿਹੜੀ ਠੰਡੀ ਧੀਰੀ ਆ ਪਹਿਲਾਂ ਨਹੀਂ ਆ ਜਿਹੜੀ ਦੱਸਦੇ ਥੋੜ੍ਹਾ ਥੋੜ੍ਹਾ ਡਰਦੀ ਆ ਖਾਣ ਦੇਖ ਸਕਦੇ ਕਾਫੀ ਚੰਗਾ ਇਹਦਾ ਵੀ ਕੱਦ ਕਾਠ ਤੇ ਜਿਹੜੀ ਚੰਗੀ ਉੱਚੀ ਆ ਦਿਖਾਉਣੀ ਆਪਾਂ ਕਿਨਵਾ ਸੁਆ ਜੇ ਤਾਂ ਅੱਛਾ ਚਲੋ ਦੰਦ ਹੁਣੇ ਦਿਖਾ ਦਿੰਦੇ ਆ ਦੇ ਸਕਦੇ ਜੇ ਜਿਹੜੀ ਚੌਗੀ ਪੂਰੀ ਹੋਣ ਦੇ ਹੀ ਅੱਜ ਪੂਰੀ ਹੋਈ ਵੀ ਨਹੀਂ ਆ ਬਰਾਬਰ ਨਹੀਂ ਕੀਤੇ ਦੰਦ ਜਿਹੜੇ ਚਲੋ ਤੋਰ ਦਿਓ ਇਹਨੂੰ ਕਿੰਨਾ ਕੁ ਚਿਰ ਹੋਇਆ ਜੀ ਸੂਈ ਆਹ ਬੱਚੀ ਜੀ ਜਿਹੜੀ ਇਹਦੀ ਬੱਚੇ ਥੋੜੇ ਮੀਂਹ ਚ ਭਿੱਜ ਗਏ ਚਲੋ ਲੈ ਜਾਓ ਜੀ ਕੱਦ ਕਾਠ ਤੇ ਜਿਹੜੀ ਚੰਗੀ ਉੱਚੀ ਆ ਠੀਕ ਹੈ ਵੀਰ ਜੀ ਲੈ ਜਾਓ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਪੱਕਾ ਮੁੱਕੇ ਤੇ ਆਈ ਜੇ ਤਾਂ ਹੀ ਵਸੀ ਭਿੱਜੀ ਜੇ ਅੱਛਾ ਰਾਤ ਹੀ ਲੱਗੀ ਸੀ ਤੇ ਜਦੋਂ ਕਾਨੂੰਨ ਵਸੀ ਆ ਉਹਨਾਂ ਦੇ ਦੁੱਧ ਆਨ ਕਿਤੇ 13 ਲੀਟਰ ਆ ਅੱਛਾ ਆਪਾਂ ਜਿਹੜਾ ਆਪਾਂ ਸੀ ਆਪਾਂ 11 ਕਿਲੋ ਦੀ ਗੰਟੀ ਜਾਵਾਂਗੇ ਅੱਛਾ 11 ਲੀਟਰ ਜਿਹੜਾ ਤੁਹਾਡੇ ਘਰੋਂ ਕੋ ਝੋਲੇ ਦੋ ਟਾਈਮ ਜਿਸ ਤਰ੍ਹਾਂ ਮਰਜ਼ੀ ਗਰਮੀ ਕਾਨੂੰਨ ਵਸੀ ਉਮਰ ਵੀ ਛੋਟੀ ਆ ਹਾਂਜੀ ਹਾਂਜੀ 11 ਕਿਲੋ ਦੁੱਧ ਬਹੁਤ ਜਾਈਦਾ ਦਿਨਾਂ ਦਾ ਵੇਖੋ ਅੱਕਾਂ ਦੇ ਵਿੱਚੋਂ ਹਿਸਾਬ ਲਓ ਦੁੱਧ ਸੁੱਕ ਗਿਆ ਤੇ ਜਿਹੜੀ ਗੰਟੀ ਆ ਹਾਂ ਤੇ ਇਹ ਕਿੰਨਾ ਚਵਾ ਜੂਗੀ ਦੁੱਧ ਉਹ 13-14 ਕਿਲੋ ਕੋ ਕੱਦ ਕਾਠ ਬਰੀਡ ਬੜੀ ਮੂੰਹ ਹੈ ਬੜਾ ਸੋਹਣਾ ਵਾ ਠੀਕ ਹੈ ਠੰਡੀ ਸੀ ਬੜੀ ਹੈ ਤੇ ਕੋਈ 80 ਨਹੀਂ ਪਾਉਣੀ ਇਦਾਂ ਪਰ ਮਰਜ਼ੀ ਗੱਲ ਕਰੋ ਬੰਨੇ ਬੈਰ ਕੋਈ ਜਾਇਜ਼ ਜਾ ਕਰਦੇ ਤਾਂ ਮੁੱਲ ਫਿਰ ਜਾਇਜ਼ ਬਿਲਕੁਲ ਇਹਦੇ ਵਿੱਚ ਜੀ ਬਿਲਕੁਲ ਜਾਇਜ਼ ਮੁੱਲ ਕਰਦੇ ਫਿਰ ਜਾਇਜ਼ ਵਸੀ ਦੀ ਹੋਣਾ ਕੀ 45,000 ਦੀ ਅੱਛਾ ਪਰ ਤੁਸੀਂ ਤੇ ਸੋਈ 40 ਹੁੰਦਾ ਰੱਖਣੀ ਅੱਜ ਅਸੀਂ ਫਿਰ ਹੋਰ ਹੀ ਅੰਦਰ ਕਰ ਦਿੰਦੇ ਹਾਂ ਕਿਹੜੀ ਗੱਲ ਹੈ ਕਿੰਨੇ ਕੰਦਰ ਕਰ 32,000 ਦੀ ਦੇ ਦਾਂਗੇ ਅੱਛਾ 32,000 ਦੀ ਦੇ ਦੋਗੇ ਉੱਚੋਂ ਕਰ ਦੋਗੇ ਮਾਨ ਫਿਰ ਠੀਕ ਹੈ ਜੀ ਤੇ ਦਿਖਾਈਏ ਐਂਡ ਤੇ ਇੱਕ ਹੋਰ ਜਿਹੜੀ ਹੌਲੇ ਭੱਜ ਦਿਖਾਉਣੀ ਇਹਦੀ ਵਛੀ ਉਹ ਬਾਹਰ ਵੱਜੀ ਪਈ ਜਾਂਦੀ ਹੈ ਇਹਦੇ ਮਗਰ ਵੀ ਜਿਹੜੀ ਵਛੀ ਆ ਤੇ ਥਣ ਦੇਖ ਸਕਦੇ ਜਿਹਦੇ ਵੀ ਇੱਕਰੀ ਲੱਗੇ ਤਾਂ ਥਣ ਨਹੀਂ ਆਣਾ ਕਾਫੀ ਚੰਗਾ ਥਣ ਆ ਠੰਡੀ ਠੰਡੀ ਉੱਡੀ ਆ ਅੱਛਾ ਵੀ ਠੰਡੀ ਧੀਰੀ ਆ ਡਰਦੀ ਹੈ ਬਾਕੀ ਥੋੜਾ ਕਿ ਡਰਦੀ ਆ ਇੱਕ ਵਾਰੀ ਫਿਰ ਦਿਖਾ ਦੇ ਬਾਕੀ ਵਛੀ ਛੱਡਦੀ ਹੈ ਆ ਦੇਖ ਸਕਦੇ ਜੀ ਉਂਝ ਜਿਹੜੀ ਠੰਡੀ ਧੀਰੀ ਆ ਬਸ ਥੋੜਾ ਜਿਹਾ ਡਰਦੀ ਆ ਚਵਾ ਜਿਹੜਾ ਇਹਦਾ ਵੀ ਬਿਲਕੁਲ ਸਾਫ਼ ਆ ਹਾਂ ਦੇਖ ਸਕਦੇ ਜੀ ਕਈ ਵਾਰੀ ਪਸ਼ੂ ਜਿਹੜਾ ਡਰ ਵੀ ਜਾਂਦਾ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਇਹਨੂੰ ਸੂਈ ਨੂੰ 20 ਦਿਨ ਹੋ ਗਏ ਜੀ ਅੱਛਾ 20 ਦਿਨ ਹੋ ਗਏ ਆ ਕਿਹੜੀ ਆਹ ਵੱਛੀ ਆਹ ਵੱਛੀ ਹੈ ਜਿਹੜੀ ਇਹਦੇ ਮਗਰ ਠੀਕ ਆ ਤੇ ਦੁੱਧ ਕਿੰਨਾ ਮੁੱਕ ਰਿਹਾ ਤਿਆਰ ਇਹਦੇ ਕੋਲ ਦੇਰ ਕੋ ਵੀ 9 ਕਿਲੋ ਹੋਊਗਾ ਆਪਾਂ 8 ਦੀ ਗੰਟੀ ਦੇਵਾਂਗੇ ਅੱਛਾ 8-9 ਲੀਟਰ ਦੁੱਧ ਜਿਹੜਾ ਪੱਕਾ ਹੈਗਾ ਵਾ 8 ਵੀ ਹਿਸਾਬ ਨਾਲ 7 ਫੈਂਡ ਦਾ ਤੇ ਅੱਛਾ ਦੂਜੇ ਦੇ 20 ਵਰਗਾ ਸੰਗਣਾ ਦੁੱਧ ਬਹੁਤ ਜ਼ਿਆਦਾ ਹੀ ਹੈ ਇਹਦੇ ਨਾਲ
ਸਾਡੀ ਮੱਝ ਨਹੀਂ ਮਿਲੀ ਤੇ ਅਸੀਂ ਇਹਦਾ ਰੱਖਿਆ ਘਰ ਪਰਸੋਂ ਅੱਛਾ ਨਹੀਂ ਮਲਾਈ ਤੇ ਆਈ ਤੇ ਮੈਂ ਅੱਛਾ ਮੱਝ ਹੀ ਆ ਕੇ ਨਹੀਂ 8 ਕਿਲੋ ਆਈ 80,000 ਰੁਪਏ ਮਿਲਦੀ ਹਾਂਜੀ ਤੇ 8 ਕਿਲੋ ਕੀ 50 ਰੁਪਏ ਲਾਈਏ ਤੇ ਕੀ ਇੱਕ ਮਹੀਨੇ ਚ ਮੁੱਲ ਕੱਢ ਦੇਣਾ ਚਾਹ ਵਧੀਆ ਬਣਾਈ ਜਾਊਗੀ ਘਰ ਦੀ ਹਨਾ ਬਿਲਕੁਲ ਚਾਹ ਦੁੱਧ ਜੋ ਮਰਜ਼ੀ ਬਣਾਓਗੇ ਠੀਕ ਹੈ ਜੀ ਲਿਆਓ ਫਿਰ ਖੋਲਦਾ ਹਾਂ ਤੋਰੀਏ ਨਾ ठीक है विधि ला जाओ जी मियाँ देख सकते काफी तेज जरा पैन दिया तो बाकी वीर जी थानू थानू पूरे ही है सारिया दे ते एदा की मुल रखना जी अपना वेख चाह के तसली करके अपनी समझ हिसाब ना अपनी जिम्मेवारी ते खड़े जी ते सारियां सुइयां वा अपनी तसल्ली करके खड़ो जी। हाँ जी दोस्तों वीडियो ने पूरा देखने लिए बहुत बहुत धन्यवाद जी।